सारिआं नूं सति श्री अकाल जी। परमजीत सिद्धू की किचन दे विच बहुत बहुत स्वागत है। अज आपां बनावांगे मैंगो आइसक्रीम। मैंगो आइसक्रीम बनाउण वास्ते आपां नूं कुछ भी बाहरों नहीं लियाउणा पैंदा, सिर्फ आपां नूं जिहड़े चाहीदे एक बाहरों लियाउण वाला जिहड़ा जो भी इनग्रीडियंट है सिर्फ एक अंब है, बाकी जो भी समान है आपां नूं अपनी रसोई दे विचों ही मिल जूगा। इहदे वास्ते मैं 1.5 गलास दा लिया दुध दा, इह मैं दुध उबालिया होया लै लिया, तुहाडे कोल उबालिया तां लै लो, कच्चा है तां लै लो, रॉ मिल्क जिन्हों आप कह दें। और ये लई है मैं फ्रैश दुध की मलाई ले ली है, जिहड़ी कि आपां वैसे तो आप आइसक्रीम बनाईए तो आपां चाहिए होंगी है फ्रैश क्रीम। ये क्रीम का जो काम है वह अपनी यह मलाई करूंगी, और मलाई नूं आपां डायरैक्ट नहीं पावांगे, थोड़ा इनू भी क्रीम दे विच कन्वर्ट करके ही पावांगे आपां। और 7 चम्मच मैं ले लिया चीनी दे, ਇਹਦੇ ਚੋਂ 1 ਚਮਚ ਲਵਾਂਗੇ ਆਪਾਂ ਕਸਟਰਡ ਪਾਊਡਰ। ਕਸਟਰਡ ਪਾਊਡਰ ਲੈ ਲਓ, ਭਾਵੇਂ ਕੌਰਨਸਟਾਰਚ ਲੈ ਲਓ, ਤੇ ਭਾਵੇਂ ਆਪਾਂ ਲੈ ਲਈਏ ਅਰਾਰੋਟ। ਉਹਦੇ ਨਾਲ ਹੈ ਜਿਹੜਾ ਮਿਲਕੀ ਕਰੀਮੀ ਟੇਸਟ ਹੈ ਜਿਹੜਾ ਬਿਲਕੁਲ ਮਾਰਕੀਟ ਵਰਗਾ ਆਉਂਦਾ ਹੈ। ਤੇ 1 ਕਟੋਰੀ ਮੈਂ ਲੈ ਲਈ ਹੈ ਅੰਬ ਛਿਲ ਕੇ ਤੇ ਉਹਦਾ ਕੱਟ ਕੇ ਉਹਦੇ ਪੀਸ ਕਰ ਲਿਆ। ਸਭ ਤੋਂ ਪਹਿਲਾਂ ਆਪਾਂ ਗੈਸ ਚਲਾ ਕੇ ਤਾਂ ਜਿਹੜਾ ਆਪਣੇ ਕੋਲ 1.5 ਕੱਪ ਦੁੱਧ ਦਾ ਉਹ ਆਪਾਂ ਪਾ ਲਾਂਗੇ। ਆਪਾਂ ਦੁੱਧ ਸਾਰਾ ਨਹੀਂ ਪਾਵਾਂਗੇ, ਆਪਾਂ 1/2 ਕੱਪ ਕੱਪ ਦੁੱਧ ਦਾ ਜਿਹੜਾ ਉਹ ਰੱਖ ਲਵਾਂਗੇ ਕਸਟਰਡ ਪਾਊਡਰ ਵਿੱਚ ਮਿਕਸ ਕਰਨ ਵਾਸਤੇ। ਜਿੰਨੇ ਨੂੰ ਦੁੱਧ ਨੂੰ ਉਬਾਲ ਆਉਂਦਾ ਉਹਨੇ ਨੂੰ ਆਪਾਂ ਕਸਟਰਡ ਪਾਊਡਰ ਆਪਣਾ ਤਿਆਰ ਕਰ ਲੈਂਦੇ ਹਾਂ ਘੋਲ ਕੇ। ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਵੀ ਜਿਹੜੀਆਂ ਆਪਾਂ ਗਰਮ ਦੁੱਧ ਦੇ ਵਿੱਚ ਪਾਵਾਂਗੇ ਤਾਂ ਕਸਟਰਡ ਪਾਊਡਰ ਦੀ ਹਮੇਸ਼ਾ ਗੁਟਲੀ ਬਣ ਜਾਂਦੀ ਹੈ। ਇਹਨੂੰ ਆਪਾਂ ਠੰਡੇ ਦੇ ਵਿੱਚ ਮਿਕਸ ਕਰਕੇ ਤੇ ਵਿੱਚ 1 ਚਮਚ ਪਾਵਾਂਗੇ ਆਪਾਂ ਮਿਲਕ ਪਾਊਡਰ ਸੁੱਕਾ ਦੁੱਧ। ਅਗਰ ਮਿਲਕ ਪਾਊਡਰ ਨਹੀਂ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਦੁੱਧ ਦੀ ਜਿਹੜੀ ਮਾਤਰਾ ਹੈ ਉਹ ਥੋੜ੍ਹੀ ਜ਼ਿਆਦਾ ਲੈਣੀ ਪਊਗੀ, ਤਾਂ ਉਹਨੂੰ ਆਪਾਂ ਕਾੜ ਕਾੜ ਕੇ ਥੋੜ੍ਹਾ ਥਿੱਕ ਕਰ ਲਾਂਗੇ। ਦੁੱਧ ਨੂੰ ਆਪਣੇ ਨੂੰ ਉਬਾਲਾ ਆ ਚੁੱਕਿਆ, ਹੁਣ ਵਿੱਚ ਆਪਾਂ ਜਿਹੜਾ ਆਪਣੇ ਕੋਲ ਮਿਲਕ ਪਾਊਡਰ ਹੈ ਉਹ ਮਿਕਸ ਕਰ ਦਾਂਗੇ। ਹੁਣ ਜੋ ਆਪਣੇ ਕੋਲ ਕਸਟਰਡ ਪਾਊਡਰ ਘੋਲਿਆ ਹੋਇਆ ਉਹ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਵਿੱਚ ਮਿਕਸ ਕਰਾਂਗੇ। ਕਸਟਰਡ ਪਾਊਡਰ ਪਾਉਣ ਤੋਂ ਬਾਅਦ ਆਪਾਂ 2 ਮਿੰਟ ਇਹਨੂੰ ਪਕਾ ਲਾਂਗੇ, ਤਾਂ ਫਿਰ ਇਹਨੂੰ ਆਪਾਂ ਥੋੜ੍ਹਾ ਰੂਮ ਟੈਂਪਰੇਚਰ 'ਤੇ ਹੋਣ ਤੋਂ ਬਾਅਦ ਇਹਨੂੰ ਇੱਕ ਵਾਰੀ ਫਰਿੱਜ ਦੇ ਵਿੱਚ ਇਹਨੂੰ ਚੀਲਡ ਹੋਣ ਵਾਸਤੇ ਰੱਖ ਦਾਂਗੇ। ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦੇਵਾਂਗੇ। ਹੁਣ ਜੋ ਆਪਣੇ ਕੋਲ ਮਲਾਈ ਹੈ ਉਹਨੂੰ ਆਪਾਂ ਮਲਾਈ ਨੂੰ ਆਪਾਂ ਕਰੀਮ ਦੇ ਵਿੱਚ ਕਨਵਰਟ ਕਿਵੇਂ ਪਾਵਾਂਗੇ, ਇਹਨੂੰ ਸਿੱਧੀ ਨਹੀਂ ਹੈ, ਇਸੇ ਤਰ੍ਹਾਂ ਹੀ ਨਹੀਂ ਆਪਾਂ ਵਿੱਚ ਪਾ ਲਾਂਗੇ। ਇਹਨੂੰ ਇੱਕ ਛਾਨੀ ਲੈ ਲਾਂਗੇ, ਮੈਂ ਸਟੇਨਰ ਤੇ ਸਟੇਨਰ ਰੱਖ ਲਿਆ, ਤੇ ਹੁਣ ਵੇਖੋ ਥੱਲੇ ਜਾ ਰਹੀ ਹੈ ਨਾ ਪੂਰੇ ਐਂ ਥਿੱਕ, ਮਤਲਬ ਕਿ ਜਿਹੜਾ ਥਿੱਕ ਜਿਹੜਾ ਦੁੱਧ ਕਰੀਮ ਵਰਗਾ ਹੁੰਦਾ ਜਿਹੜਾ ਉਹ ਜਾ ਰਿਹਾ, ਉੱਪਰੋਂ ਇਹਨੂੰ ਹਲਕਾ ਹਲਕਾ ਆਪਾਂ ਹਿਲਾ ਦਾਂਗੇ। ਇਹਦਾ ਜਿਹੜਾ ਸਖਤ ਵਾਲਾ ਪਾਰਟ ਹੈ ਜਿਹਦੇ ਤੋਂ ਆਪਾਂ ਘਿਓ ਬਣਾਉਂਦੇ ਹਾਂ ਉਹ ਚੀਜ਼ ਆਪਣੀ ਸਟੇਨਰ ਦੇ ਵਿੱਚ ਰਹਿ ਜੂਗੀ, ਜੋ ਕਰੀਮ ਆ ਉਹ ਸਾਰੀ ਥੱਲੇ ਚਲੀ ਜੂਗੀ। ਜਿਹੜਾ ਜਮਾਂ ਥੋੜ੍ਹਾ ਥਿੱਕ ਜਿਹਾ ਪਾਰਟ ਹੈ ਉਹ ਰਹਿ ਗਿਆ ਆਪਣੇ ਕੋਲ, ਇਹ ਆਪਾਂ ਜਿਹੜੇ ਮਲਾਈ ਰੱਖੀ ਹੁੰਦੀ ਆਪਣੀ ਫਰਿੱਜ ਦੇ ਵਿੱਚ ਉਹਦੇ ਵਿੱਚ ਆਪਾਂ ਪਾ ਲਾਂਗੇ, ਤਾਂ ਜੋ ਕਰੀਮ ਹੈ ਆਪਣੀ ਉਹਨੂੰ ਆਪਾਂ ਯੂਜ਼ ਕਰ ਲਾਂਗੇ ਮੈਂਗੋ ਆਈਸਕ੍ਰੀਮ ਦੇ ਵਿੱਚ। ਕਿਸੇ ਵੀ ਆਪਾਂ ਦਾਲ ਸਬਜ਼ੀ ਦੇ ਵਿੱਚ ਵੀ ਪਾਉਣੀ ਹੋਵੇ, ਅਗਰ ਨਹੀਂ ਵੀ ਕਰੀਮ ਹੈ ਤਾਂ ਮਲਾਈ ਨੂੰ ਕਰੀਮ ਦੇ ਵਿੱਚ ਕਨਵਰਟ ਕਰ ਲਓ ਤਾਂ ਉਹੀ ਟੈਕਸਚਰ ਦੇਊਗੀ। ਅਜੇ ਤਾਂ ਇਹ ਜਿਵੇਂ ਪਤਲੀ ਹੈ ਥੋੜ੍ਹੀ, ਇਹਨੂੰ ਆਪਾਂ ਹੁਣ ਥੋੜ੍ਹੀ ਦੇਰ ਫਰਿੱਜ ਦੇ ਵਿੱਚ, ਜਿੰਨੀ ਦੇਰ ਆਪਣਾ ਕਸਟਰਡ ਪਾਊਡਰ ਤੇ ਦੁੱਧ ਵਾਲਾ ਮਿਕਸਚਰ ਚੀਲਡ ਹੁੰਦਾ ਉਨੀ ਦੇਰ ਹੀ ਆਪਾਂ ਇਹਨੂੰ ਆਪਣੀ ਨੂੰ ਮਲਾਈ ਨੂੰ ਵੀ ਫਰਿੱਜ ਦੇ ਵਿੱਚ ਰੱਖ ਦਾਂਗੇ। ਹੁਣ ਜੋ ਆਪਣੇ ਕੋਲ ਮੈਂਗੋ ਹੈ ਉਹਦੀ ਆਪਾਂ ਪਿਊਰੀ ਬਣਾ ਲਾਂਗੇ, ਔਰ ਵਿੱਚ ਜਿਹੜੀ ਆਪਣੇ ਕੋਲ ਚੀਨੀ ਹੈ ਉਹ ਚੀਨੀ ਮਿਕਸ ਕਰ ਲਾਂਗੇ। ਮੈਂ ਰੈਗੂਲਰ ਵਾਲੀ ਚੀਨੀ ਯੂਜ਼ ਕਰ ਰਹੀ ਹਾਂ, ਪਹਿਲਾਂ ਆਪਾਂ ਚੀਨੀ ਦਾ ਪਾਊਡਰ ਬਣਾ ਲਾਂਗੇ ਔਰ ਉਸੇ ਦੇ ਵਿੱਚ ਹੀ ਆਪਾਂ ਫਿਰ ਮੈਂਗੋ ਦੀ ਪਿਊਰੀ ਬਣਾ ਲਾਂਗੇ। ਥੋੜ੍ਹੀ ਦੇਰ ਬਾਅਦ
अपनी जिहड़ी क्रीम है वह भी पूरी चिल्ड हो गई है और जिहड़ी अपना यह बनाया सीगा कस्टर्ड वाला मिल्क वाला तो ये भी अपनी मिक्सचर ठंडा हो चुका है। हुण इन्हां नूं आपां मिक्सिंग बोल दे विच पा के मिक्स कर लांगे। इन्हां चंगी तरह मिक्स करके चंगी तरह मिक्स करन तो बाद हुण आपां एक एयर टाइट डब्बा लै लवांगे जिहड़ा ढक्कन लगदा होवे ता उहदे विच इह पा दांगे। हुण इस डब्बे दे उपर भावें तां आपां कोई क्लिंग रैप है तां सब तों ही वधिया गल है, भावें तां क्लिंग रैप ला दईए तां भावें आपां कोई मूम जामे दा ला के पोलीथीन ला के उपरों पूरी तरह एयर टाइट कर दांगे ताकि अपनी जिहड़ी हैगी है आइसक्रीम दे विच आइस क्रिस्टल ना बने। पूरी तरह एयर टाइट करके उपरों ढक्कन अच्छी तरह ला के ता हुण इनू आपां फ्रिजर दे विच रख देवांगे 2-2.5 घंटे वास्ते। कुल्फी नूं सैट करके रखी नूं हो गए 3-1 घंटे, हुण आपां इन फ्रिज चों कढ लैंदे। हां बस आपां नूं इन्नी की हजे सैमी सैट ही चाहीदी सी आपां, तां इनूं आपां एक वारी फिर तों मिक्सी वाले जग दे विच पा के जूसर च पा के चंगी तरह आपां इनूं मिक्स कर लांगे। नीचे तो ता पूरी तरह ही लगी पई है पर हजे एक बारी आपां इहनूं होर जमाउण लई रखांगे। हुण इहनूं आपां 3-4 मिंट फिर मिक्सी दे विच चला लांगे फिर आपां सैट होण लई रखांगे। अपनी जिहड़ी है आइसक्रीम है बहुत वधिया टैक्सचर दे विच ते वैसे भी फ्लफी ते बहुत वधिया लग रही है। हुण इह फाइनली अपनी रेफ्रिजरेटर च जाण नूं रेडी हो गई है। हुण अपनी आइसक्रीम है जिहड़ी हजे थोड़ी जग दे विच भी है और जिहड़ा हैगा अपना डब्बा भी जिहड़ा उपर तक फिल हो गया है थोड़ा ज्यादा है ਤਾਂ ਆਪਾਂ ਜ਼ਿਆਦਾ ਓਵਰ ਨਹੀਂ ਕਰਾਂਗੇ। ਇਹਦੇ ਵਿੱਚੋਂ ਆਪਾਂ 3 ਆਪਾਂ ਭਰ ਲਾਂਗੇ ਕੋਨ ਕੁਲਫੀ ਮੋਲਡ ਮੇਰੇ ਕੋਲ ਹੈਗੇ ਨੇ ਮੈਂ ਉਹ ਭਰ ਰਹੀ ਹਾਂ। ਇਹਨਾਂ ਨੂੰ ਮੋਲਡਾਂ ਨੂੰ ਆਪਾਂ ਉੱਪਰੋਂ ਬੰਦ ਕਰ ਲਾਂਗੇ ਟਾਈਟ। अगर तुहाडे कोले मोल्ड हैगे आ तां ठीक है नहीं तां जिवें अपने जिहड़े डिस्पोजेबल ग्लास हुंदे जिहड़े उहनां दे विच वी इह कुल्फी बहुत वधिया सैटिंग हुंदी है। कोई भी कुल्फी होवे उहनां दे विच बहुत वधिया सैट हो जांदी है। इहदे उपर आपां उसे तरह क्लिंग रैप ला के जां कोई पोलीथीन दा लफाफा ला के तां उहनूं बंद कर लांगे एयर टाइट कर लांगे। इट वास्ते आपां इहनूं फ्रीजर दे विच सैट होण लई रख दांगे। अगले दिन सुबह मैं मतलब सारी रात इन्हां नूं रख दिता सीगा फ्रिजर दे विच सैट होण वास्ते।
बहुत वधिया आइसक्रीम सैट होके बनी है अपनी। ਹੁਣ ਆਪਾਂ ਜਿਹੜੀ ਕੋਨਾਂ ਦੇ ਵਿੱਚ ਲਾਈ ਸੀ ਮੋਲਡਾਂ ਦੇ ਵਿੱਚ ਉਹ ਸਾਈਡਾਂ ਤੋਂ ਹੱਥ ਨਾਲ ਇਸ ਤਰ੍ਹਾਂ ਕਰ ਲਾਂਗੇ ਜਾਂ ਕਿ ਪਾਣੀ ਦਾ ਕੋਈ ਗਲਾਸ ਵੈਸੇ ਹੀ ਸਾਈਡਾਂ ਛੱਡ ਦਿੰਦੀ ਜਦੋਂ ਆਪਾਂ ਹੱਥ ਨਾਲ ਹੀ ਗਰਮਾਹਟ ਦਿੰਦੇ ਹਾਂ ਤਾਂ उपरों पर जिहड़ा हैगा गार्निश करांगे थोड़ा जिहा पिस्ते नाल। ए तुहाडा ऑप्शनल है टोटली। ਤਾਂ ਹੋਮ ਮੇਡ ਮੈਂਗੋ ਆਈਸਕ੍ਰੀਮ ਬਣ ਕੇ ਆਪਣੇ ਕੋਲੇ ਰੈਡੀ ਹੈ। ਵਿਵਰਸ ਅਗਰ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ। ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ। ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।